जी अस्सलाम वालेकुम शाह जी, क्या हाल है जनाब? ठीक ठाक हो, फिट फाट हो, सेहत तबीयत ठीक है जी? जी वालेकुम अस्सलाम इजाद राज जी, करीम मालिक दे बड़े जे करम इन अल्हम्दुलिल्लाह शुक्र उसदा ते किबर याद जी। सब तो पहले शाह जी मैं अल्लाह पाक दी करम नवाजी नाल जनाब नू जड़ा तुसा पंजाबी दी खिदमत ते अवार्ड लिया जनाब उहदे ते मैं तुहानू मुबारकबाद पेश कर सां अपनी सारी टीम दी तरफों, अपने समाइन दी तरफों, अपने प्रोग्राम लोक रहतल दी तरफ। सूरत शाह साहब दा ही वैने जनाब मुबारकबाद लै के वह अज अवार्ड लैके आए ने, तुहाडे वास्ते भी जनाब बड़ी खुशी की गल है और मेरे वास्ते ही, और साडा जिहड़ा प्लेटफॉर्म 98.2 इहदे वास्ते बहुत वड्डा एहसास है जनाब शाह साहब। राजी एक ते वालेकुम असलाम, दूजियां इन्हां मुहब्बतां दा जिहड़ा मैं सारे पूरे पंजाब दा इन्हां मुहब्बतां दा मकरूज हाँ, मैं करजा ही हाँ इस गल दा। मैनू अवार्ड 35-40 वरे दी जिहड़ी मेरी माँ बोली पंजाबी दे नाल जुड़त है उसके मुख्तलिफ पन्ने जड़े है ने उन्होंने फोल के वेख्या गया, एज ए ब्रॉडकास्टर वेख्या गया, शायर की हैसीयत नाल वेख्या गया, केसड़ की दुनिया तो शुरू किया गया कि मैं 15-16 साल का हासू तो मैं पंजाबी जबान के नाल मेरी जुड़त हुई तो हूँ तो 58 साल उम्र हो गई है। मैं अवार्ड मेरा नहीं है, मैं लावगा अवार्ड अपने सरगोदा धरती के वसनीकों के नाँ से ਜਿਹੜੇ ਪੰਜਾਬੀ ਨਾਲ ਜੁੜੇ ਹਨ, ਤੁਹਾਡੀ ਰਹਿਤਲ ਨਾਲ ਜੁੜੇ ਹਨ ਔਰ ਜਿੰਨਾ ਭਰਵਾਂ ਸਾਥ ਦਿੱਤਾ ਹੈ ਸ਼ਾਹ ਸਾਹਿਬ ਦਾ ਪੰਜਾਬੀ ਦੇ ਫਰੋਗ ਵਾਸਤੇ, ਪੰਜਾਬੀ ਨੂੰ ਅੱਗੇ ਟੋਰਨ ਵਾਸਤੇ। ਥੋੜ੍ਹਾ ਜਿਹਾ ਅੱਗੇ ਟੁਰੀਏ ਅਤੇ ਮੈਂ ਲਾਵਾਂਗਾ ਚਨਾਹ ਦੇ ਮਿੱਠੇ ਅਤੇ ਲੱਜਾਂ ਵਾਲੇ ਪਾਣੀ ਦੇ ਨਾਲ। ਵਾਹ 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 ਵਾਹ, ਕੀ ਬਾਤ ਹੈ। ਇਹ ਵਾਰਡ ਮੂਮਿਨ ਸ਼ਾਹ ਦਾ ਨਹੀਂ ਹੈ ਕਿਉਂਕਿ ਮੈਂ ਚਨਾਹ ਦੀ ਧਰਤੀ ਦਾ ਵਸਣੀਕ ਹਾਂ, ਮੇਰੇ ਆਬਾ ਓ ਅਜਦਾਦ ਦਾ ਤਲਕ ਤਖਤਾਦਾਰੇ ਦੇ ਨਾਲ ਹੈ ਅਤੇ ਮੇਰਾ ਬਚਪਨ ਵੀ ਦਰਿਆ ਚਨਾਹ ਦੇ ਉੱਤੇ ਨਹਾ ਕੇ ਗੁਜ਼ਰਿਆ ਵਿੱਚ ਛਾਲਾ ਮਾਰ ਕੇ। ਮੈਂ ਇਹ ਅਵਾਰਡ ਜਿਹੜਾ ਇੰਟਰਨੈਸ਼ਨਲ ਵਾਰਿਸ ਸ਼ਾਹ ਕੌਮੀ ਪੱਧਰ 'ਤੇ ਨਹੀਂ ਹੈ ਇਹ, ਬਲਕਿ ਪੂਰੀ ਇੰਟਰਨੈਸ਼ਨਲ ਲੈਵਲ 'ਤੇ ਆ। ਪੂਰੀ ਦੁਨੀਆ ਦੇ ਵਿੱਚ ਇਜਾਜ਼ ਰਾਜ 140 ਬੰਦੇ ਜਿਹੜੇ ਪੂਰੀ ਦੁਨੀਆ ਦੇ ਵਿੱਚੋਂ ਪੰਜਾਬੀ ਹਨ ਉਹਨਾਂ ਨੂੰ ਅਵਾਰਡ ਦਿੱਤਾ ਗਿਆ। ਸਰਗੋਧਾ ਡਿਵੀਜ਼ਨ ਦੇ ਜਿਹੜੇ ਨੇ 4 ਬੰਦੇ ਉਹਦੇ ਵਿੱਚ ਆਉਣ। ਇੱਕ ਤਾਂ ਪੰਜਾਬੀ ਦਾ ਸਾਡਾ ਜਿਹੜਾ ਵਾਹੀਵਾਣ ਦਾ ਪ੍ਰੋਗਰਾਮ ਹੈ ਵਾਹੀਵਾਣਾ ਦਾ, ਉਹ ਔਰ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਸ਼ੁਰਾ ਕਰਾਮ ਦਾ ਕਲਾਮ ਪੜ੍ਹਨਾ, ਜਨਾਬ ਨਵਾਜ਼ ਸਾਹਿਬ ਨੂੰ ਅਵਾਰਡ ਦਿੱਤਾ ਗਿਆ। ਮਲਿਕ ਰੱਬ ਨਵਾਜ਼ ਸਾਹਿਬ ਨੇ, ਔਰ ਉਹ ਪੰਜਾਬੀ ਦਾ ਵਾਹੀਵਾਣ ਦਾ ਪ੍ਰੋਗਰਾਮ ਕਰਦੇ ਨੇ ਬਨੋਵੰਤ। ਇੱਕ ਉਹਨਾਂ ਨੂੰ ਦਿੱਤਾ ਗਿਆ, ਦੂਸਰਾ ਸਾਬਰ ਸੌਦਾਈ ਸਾਡਾ ਫਰੂਕੇ ਦੇ ਰਹਿਣ ਵਾਲੇ ਨੇ, ਉਹਨਾਂ ਦੀਆਂ ਕਮੋ ਬੇਸ਼ 8-9 ਕਿਤਾਬਾਂ ਨੇ ਔਰ ਉਹਨਾਂ ਦਾ ਜਿਹੜਾ ਅਦਬੀ ਸਫ਼ਰ ਹੈ ਮੇਰੇ ਤੋਂ ਉਮਰੋਂ ਵੱਡੇ ਨੇ। ਮੈਂ ਤੁਹਾਨੂੰ ਮਤਲਬ ਅਗਰ ਪਿਛੋਕੜ ਥੋੜ੍ਹਾ ਜਿਹਾ ਜਾਈਏ ਨਾ ਤਾਂ ਫਲੈਟੀਜ਼ ਹੋਟਲ ਦੇ ਵਿੱਚ ਮੇਰਾ ਖਿਆਲ ਹੈ 1990-99 ਦੀ ਬਾਤ, ਇੱਕ ਬਹੁਤ ਵੱਡੀ ਕਾਨਫਰੰਸ ਹੋਈ ਆਈ ਮੇਰੀ ਅਤੇ ਸਾਬਰ ਸੌਦਾਈ ਦੀ ਅਤੇ ਅਖਤਰ ਸ਼ਿਰਾਜ਼ੀ ਦੀ ਪਹਿਲੀ ਮੁਲਾਕਾਤ ਉੱਥੇ ਹੋਈ ਆਈ। ਮਤਲਬ ਕਿ 1990-99 ਦੀ ਬਾਤ ਹੈ। ਉਹਨਾਂ ਦਾ ਪਿੰਡਾ ਮੇਰੇ ਤੋਂ ਵੀ ਪੰਜਾਬੀ ਨਾਲ ਜੁੜਤ ਦਾ ਜਿਹੜਾ ਥੋੜ੍ਹਾ ਜਿਹਾ ਪਹਿਲੇ ਦਾ, ਉਹਨਾਂ ਨੇ ਇੱਕ ਨਵਾਂ ਇੱਕ ਨਵੇਕਲਾ ਸਲੂਕ ਪੈਦਾ ਕੀਤਾ। ਉਹਨਾਂ ਨੇ ਜਿਹੜੀ ਸਾਡੇ ਲੋਕ ਦੇਸੀ ਮਹੀਨਿਆਂ ਨੂੰ ਭੁੱਲਦੇ ਵੇਂਦੇ ਹਨ, ਮਤਲਬ ਕਿ ਸਾਉਣ ਬਹਾਦਰੋਂ ਇਹਦਾ ਜਨਾਬੇ ਵਾਲਾ ਉਹਨਾਂ ਵਰੇ ਵਾਰ ਕੈਲੰਡਰ ਵੀ ਬਣਵਾਇਆ ਔਰ ਰੋਜ਼ਾਨਾ ਬੇਸ 'ਤੇ ਦਿਹਾੜੀ ਵਾਰ 'ਤੇ ਰੋਜ਼ਾਨਾ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਾਕੀ ਜਿਤਨੇ ਵੀ ਉਹਨਾਂ ਦੀ ਅਟੈਚਮੈਂਟ ਆਈ। ਅੱਜ ਵਾਰ ਕੀ ਹੈ, ਅੰਗਰੇਜ਼ੀ ਦੀ ਵਾਰ ਕੀ ਹੈ, ਮਜ਼ਹਬੀ ਵਾਰ ਕੀ ਹੈ, ਤਾਰੀਖ ਕੀ ਹੈ ਔਰ ਦੇਸੀ ਤਾਰੀਖ ਕੀ ਹੈ। ਇਹਨਾਂ ਦਾ ਉਹਨਾਂ ਦਾ ਕੈਲੰਡਰ ਕਮੋ ਬੇਸ਼ ਪਿਛਲੇ 5-7 ਸਾਲ ਤੋਂ ਇਹ ਜਿਹੜਾ ਮੰਜ਼ਰ ਆਮ 'ਤੇ ਆ। ਤੇ ਇੱਕ ਜਿਹੜੇ ਸਾਡੇ ਕੋਲ ਨੇ ਅੰਜਮ ਸਾਹਿਬ, ਕਿੰਨਾ ਦਾ ਸਰ ਵਾਰੀ ਵਾਰੀ ਸ਼ਾਹ ਜੀ ਤੁਸੀਂ ਦੱਸਣਾ ਹੈ ਇਹ ਤੁਸੀਂ ਗੱਲ ਕਿਹਦੀ ਕਰਦੇ ਪਏ? ਕੈਲੰਡਰ ਵਾਲੀ, ਕੈਲੰਡਰ ਜਿਹੜਾ ਹੈ ਉਹ ਸਾਬਰ ਸੌਦਾਈ ਸਾਹਿਬ ਦਾ, ਮੁਸ਼ਰਫ ਅੰਜਮ ਸਾਹਿਬ ਜੀ, ਉਹਨਾਂ ਦੀ ਇੱਕ ਕਿਤਾਬ ਵੀ ਆਈ ਔਰ ਉਹਨਾਂ ਨੇ ਕਿਸੇ ਮਜ਼ਹਬੀ ਕਿਤਾਬ ਦਾ ਪੰਜਾਬੀ ਤਰਜਮਾ ਕੀਤਾ। ਵਾਹ ਵਾਹ ਵਾਹ, ਉਹਨਾਂ ਨੂੰ ਅਵਾਰਡ ਦਿੱਤਾ ਗਿਆ। ਔਰ ਚੌਥਾ ਬੰਦਾ ਜਿਹੜਾ ਹੈ ਜੀ ਉਹ ਤੁਹਾਡਾ ਹੈ, ਆਪਣਾ ਪੂਰੇ ਜਹਾਨ ਦਾ, ਵਾਹ ਮੋਮਿਨ ਸ਼ਾਹ। ਔਰ ਮੈਨੂੰ ਅਗਰ ਅਵਾਰਡ ਦਿੱਤਾ ਗਿਆ ਤੇ ਉਹ ਜਨਾਬ ਮੇਰੀ ਕੋ 35-40 ਸਾਲ ਦੀ ਜਿਹੜੀ ਮੁਹੱਬਤ ਹੈ ਪੰਜਾਬੀ, ਤੁਹਾਡੀ ਮਾਸ਼ਾਅੱਲਾ ਮਿਹਨਤ ਹੀ ਬੜੀ ਹੈ ਸ਼ਾਹ ਜੀ। ਅਸੀਂ ਇਸ ਔਰ ਨਾ ਸਿਰਫ ਮੈਂ ਤੇ ਆਖਦਾ ਕਿ ਜਿਹੜੀਆਂ ਤਨਜ਼ੀਮਾਂ ਨੇ ਇਹ ਅਵਾਰਡ ਜਿਹੜਾ ਕੀਤਾ ਪਿਲਾਕ ਦੇ ਨਾਲ ਮਿਲ ਕੇ, ਨਾ ਸਿਰਫ
ਉਹ ਤੁਹਾਡੇ ਤੋਂ ਮੁਤਾਸਰ ਹੋਏ ਬਲਕਿ ਅਸੀਂ ਖੁਦ ਜਿਹੜੇ ਹਾਂ ਸਰਗੋਧਾ ਦੇ ਜਿਹੜੇ ਵਸੇਬੀ ਹਾਂ ਵਸਨੀਕ ਹਾਂ ਅਸਾਂ ਤੁਹਾਡੀ ਜਿਹੜੀ ਖਿਦਮਤ ਦੇ ਖੁਦ ਜਿਹੜਾ ਹੈ ਬਹੁਤ ਬੜੇ ਅਸੀਂ ਤੁਹਾਡੇ ਤੋਂ ਮੁਤਾਸਰ ਜਿਹਨਾਂ ਜਿਹਨਾਂ ਸ਼ਖਸੀਅਤ ਦਾ ਵੇਖੋ ਐਵਾਰਡ ਬਣਦਾ ਹੀ ਬੜੀ ਸਾਡੀ ਉਹਨਾਂ ਨੂੰ ਸਰਾਹਣਾ ਚਾਹੀਦਾ ਹੈ ਇਹ ਸਾਡਾ ਜਿਹੜਾ ਤਾਂ ਫਰਜ਼ ਬਣਦਾ ਹੈ ਇਸੇ ਵਾਸਤੇ ਮੈਂ ਤੁਹਾਨੂੰ ਵੀ ਇਹ ਗੱਲ ਕਰ ਸਕਾਂ ਕਿ ਤੁਹਾਡਾ ਵੀ ਇਹ ਅੱਲਾਹ ਦੇ ਹੁਕਮ ਨਾਲ ਜਨਾਬ 100% ਅਵਾਰਡ ਬਣ ਮਾਲਕ ਤੁਹਾਨੂੰ ਸਲਾਮਤ ਰੱਖੇ ਜੀ ਇਹ ਕਹਿ ਰਿਹਾ ਕਿ ਚਨਾ ਦੇ ਮਿੱਠੇ ਲੱਜਾਂ ਅਤੇ ਮੁਹੱਬਤਾਂ ਵਾਲੇ ਪਾਣੀ ਦੇ ਨਾਂ ਹੈ।